ਤਾਂ ਜੀ ਮੈਂ ਤਾਂ ਸਵੇਰੇ 9 ਵਜੇ ਆ ਕੇ ਦੁਕਾਨ ਖੋਲ੍ਹੀ ਹੈ, ਚੱਕਦੇ ਸ਼ਰਟ ਚੱਕਿਆ ਦੇਖਿਆ ਵਿੱਚੋਂ ਧੂਆ ਨਿਕਲਿਆ, ਕਹਿ ਨਹੀਂ ਸਕਦੇ ਜੀ, ਦੇਖਣਾ ਪਏਗਾ ਜੀ ਕਿੰਨਾ ਹੋਇਆ, ਸਾਰੇ ਸਾਰਾ ਕੁਝ ਟੋਟਲੀ ਨੁਕਸਾਨ ਹੈ ਜੀ। ਲੱਸੀ ਦਹੀਂ ਪਨੀਰ ਦੀ ਦੁਕਾਨ ਸੀ ਜੀ, ਡੈਰੀ ਪਨੀਰ ਸੀ, 24 ਸਾਲਾਂ ਦੁਕਾਨ ਕੰਮ ਕਰ ਰਹੇ। ਹਾਂਜੀ, ਇਹ ਵੈਲੂਏਸ਼ਨ ਕਰਨੀ ਪਏਗੀ, ਸਾਰਾ ਟੋਟਲੀ ਓਵਰਆਲ ਲੋਸ ਹੈ ਜੀ ਸਾਰੀ। ਤੁਸੀਂ ਆ ਕੇ ਕੀ ਦੇਖਿਆ ਜਦੋਂ ਮੌਕੇ ਤੇ? ਮੈਂ ਆ ਕੇ ਦੇਖਿਆ ਉੱਪਰੋਂ ਸ਼ਟਰ ਉੱਪਰੋਂ ਧੂੰਆਂ ਨਿਕਲ ਰਿਹਾ ਸੀ, ਮੈਂ ਧੂੰਆਂ ਸ਼ਟਰ ਚੱਕਦਾ ਹੀ ਦੇਖਿਆ ਇੱਕਦਮ ਅੱਗੇ ਨੇ ਫਿਲਾਪ ਕਰ ਲਿਆ, ਘੱਟੋ ਘੱਟ 10-12 ਲੱਖ ਦਾ ਨੁਕਸਾਨ ਤਾਂ ਹੈ ਹੀ ਹੈ ਜੀ। ਅਸਰ ਹੋ ਸਕਦਾ ਸੀ ਪਰ ਉਹ ਨੁਕਸਾਨ ਹੋਇਆ ਕੋਈ ਨਹੀਂ, ਬਚਾਅ ਹੋ ਗਿਆ, ਅਤੇ ਕਿਉਂਕਿ ਉਹ ਦੁਕਾਨ ਇੱਕ ਛੱਡ ਕੇ ਆਇਆ ਨਾ ਦੁਕਾਨ, ਉਸ ਤੋਂ ਬਾਅਦ ਕਾਬੂ ਕਰ ਲਿਆ ਇਸਨੇ ਆਪਣਾ ਫਾਇਰ ਬ੍ਰਿਗੇਡ ਨੇ, ਅਤੇ ਉਸ ਤੋਂ ਬਾਅਦ ਕੋਈ ਨੁਕਸਾਨ ਨਹੀਂ ਹੋਇਆ। ਠੀਕ ਹੈ, ਫਿਰ ਨੁਕਸਾਨ ਉਹ ਤਾਂ ਨੈਚੁਰਲੀ ਜੇ ਅਗਲੀ ਨਾਲ ਦੀ ਦੁਕਾਨ ਨੂੰ ਲੱਗਦੀ ਤਾਂ ਇੱਧਰ ਵੀ ਇਫੈਕਟ ਹੁੰਦਾ ਜ਼ਿਆਦਾ ਉਹਦਾ, ਹੁਣ ਧੂੰਆਂ ਧੂੰਆਂ ਸਾਰਾ ਭਰਿਆ ਹੋਇਆ ਉੱਪਰ, ਪਰ ਉਹ ਨੁਕਸਾਨ ਕੋਈ ਜ਼ਿਆਦਾ ਨਹੀਂ ਹੋਇਆ ਜੇ, ਬਾਕੀ ਥੋੜ੍ਹੀ ਦੇਰ ਬਾਅਦ ਪਤਾ ਲੱਗੋ ਹੋਏ ਤਾਂ ਧੂਏ ਦੇ ਨਾਲ ਕੁਝ ਦਿਖ ਨਹੀਂ ਰਿਹਾ, ਅਦਰਵਾਈਜ਼ ਨੁਕਸਾਨ ਹੋਣ ਦਾ ਚਾਂਸ ਨਹੀਂ ਹੈ ਕਿਉਂਕਿ ਅੱਗ ਨਹੀਂ ਪਹੁੰਚੀ ਉੱਥੇ। ਤੁਹਾਡੇ ਉੱਪਰ ਹੋਟਲ 'ਚ ਵੀ ਧੂੰਆਂ? ਉਹ ਧੂੰਆਂ ਤਾਂ ਹੈ ਨਾ, ਧੂੰਆਂ ਤਾਂ ਸਾਰੇ ਕਿਤੇ ਹੈ, ਅਤੇ ਬਾਹਰ ਦੁਕਾਨਾਂ 'ਤੇ ਅੰਦਰ ਵੀ ਸਾਰੇ ਅੰਦਰ ਫੈਲ ਗਿਆ ਧੂੰਆਂ, ਬਹੁਤ ਜ਼ਿਆਦਾ ਹੈਗਾ, ਅਤੇ ਪਰ ਜ਼ਿਆਦਾ ਨੁਕਸਾਨ ਬਚਾਅ ਹੋ ਗਿਆ ਪਰਮਾਤਮਾ ਦੀ ਕਿਰਪਾ ਦੇ ਨਾਲ, ਜੇ ਗੱਡੀ ਨਾ ਆਉਂਦੀ ਤਾਂ ਜ਼ਿਆਦਾ ਨੁਕਸਾਨ ਹੋ ਸਕਦਾ। ਅੱਗ ਲੱਗੀ ਆ ਮਾਰਕੀਟ ਏਅਰਪੋਰਟ? ਹਾਂਜੀ ਹਾਂਜੀ, ਪਰ ਨਾਲ ਵਾਲੀਆਂ ਦੁਕਾਨਾਂ ਦੇ ਵਿੱਚ ਜ਼ਿਆਦਾ ਇਫੈਕਟ ਨਹੀਂ, ਸਿਰਫ ਧੂੰਆਂ ਧੂੰਆਂ ਹੋਇਆ ਜੀ, ਕਿਉਂਕਿ ਇਫੈਕਟ ਜਿਹੜਾ ਕੀਤਾ ਇਸੇ ਦੁਕਾਨ ਨੂੰ ਕੀਤਾ, ਉਸ ਵੇਲੇ ਵੀ ਇਸੇ ਦੇ ਵਿੱਚ ਅੱਗ ਲੱਗੀ ਹੈ, ਅਤੇ ਕੁਦਰਤੀ ਜੇ ਜੇ ਕਿਤੇ ਬਾਈ ਚਾਂਸ ਫਾਇਰ ਬ੍ਰਿਗੇਡ ਦੀ ਗੱਡੀ ਨਾ ਆਉਂਦੀ ਜ਼ਿਆਦਾ ਅੱਗ ਲੱਗ ਜਾਂਦੀ ਤਾਂ ਹੋਰਾਂ ਨੂੰ ਨੁਕਸਾਨ ਹੋ ਸਕਦਾ। ਨੁਕਸਾਨ ਇਹ ਕਵਰ ਲੱਸੀ ਵਾਲੇ ਦਾ ਹੋਇਆ ਜੀ, ਅਤੇ ਬਾਕੀ ਤਾਂ ਤਕਰੀਬਨ ਆਲੇ ਦੁਆਲੇ ਕੋਈ ਠੀਕ ਰਹਿ ਗਏ ਕੰਮ, ਬਾਕੀ ਆਲੇ ਦੁਆਲੇ ਦਾ ਠੀਕ ਰਹਿ ਗਿਆ ਸਾਰਾ ਜੀ। ਦੁਕਾਨ ਤਕਰੀਬਨ ਤੁਹਾਡੇ ਸਾਹਮਣੇ ਦੇਖੋ ਕੈਮਰਾ ਮਾਰ ਕੇ ਜੀ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੇਰੇ ਨੇ ਕਿੰਨਾ? ਬਹੁਤ ਬਹੁਤ ਜਲਦੀ ਪਹੁੰਚ ਗਈਆਂ, ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ, ਬਹੁਤ ਵਧੀਆ ਕਾਬੂ ਪਾ ਲਿਆ। ਕਿੰਨੀਆਂ ਗੱਡੀਆਂ ਆਈਆਂ ਸੀ ਮੌਕੇ ਤੇ? ਆਹ ਦੇਖੋ ਜੀ, ਇੱਕ ਦੂਜੀ ਫੇਰ ਆ ਗਈ ਸੀਗੀ ਮੇਰੇ ਖਿਆਲ, ਹੁਣ ਗਈ ਆ ਹੋਰ ਪਾਣੀ ਲੈਣ, ਵੈਸੇ ਤਕਰੀਬਨ ਹੁਣ ਠੀਕ ਹੈ ਜੀ, ਪਾਣੀ ਲੈਣ ਗਈ ਆ ਹੋਰ ਟੀਟੀ ਕੰਟਰੋਲ 'ਚ ਜੀ? ਠੀਕ ਹੈ ਜੀ, ਬਿਲਕੁਲ ਸਹੀ ਹੈ। ਸਾਨੂੰ ਜੀ ਤਕਰੀਬਨ ਜੀ ਆਪਣਾ ਜੀ 8:40 ਦੇ ਲਵੇ ਜੀ ਕੋਲ ਆਈ ਆ ਜੀ, ਨਾਲ ਦੀ ਨਾਲ ਅਸੀਂ 1 ਮਿੰਟ ਦੇ ਵਿੱਚ ਜੀ ਆਪਣਾ ਇੱਥੇ ਪਹੁੰਚੇ ਹਾਂ ਜੀ, ਅਤੇ ਅਸੀਂ ਪਹਿਲਾਂ ਦੇਖਿਆ ਵੀ ਬਿਜਲੀ ਦੀ ਸਪਲਾਈ ਬੰਦ ਆ, ਤਾਂ ਅਸੀਂ ਦੇਖੀ ਜੀ ਉਹ ਬੰਦ ਸੀਗੀ ਜੀ, ਨਾਲ ਦੀ ਨਾਲ ਅਸੀਂ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਅੱਗ ਤਾਂ ਤੁਹਾਨੂੰ ਦੇਖੀ ਹੋਈ ਜੀ ਕਾਫੀ ਸੀ ਜੀ, ਉਹ ਅਸੀਂ ਪਹਿਲਾਂ ਸਿਲੰਡਰ ਵੀ ਚੈੱਕ ਕੀਤਾ ਵੀ ਕੋਈ ਸਿਲੰਡਰ ਤਾਂ ਨਹੀਂ ਕੋਈ ਵੀ ਜ਼ਿਆਦਾ ਨੁਕਸਾਨ ਨਾ ਹੋ ਸਕੇ ਜੀ, ਪਹਿਲਾਂ ਉਹ ਚੈੱਕ ਕੀਤਾ ਜੀ। ਕਿੰਨੀਆਂ ਗੱਡੀਆਂ ਲੱਗ ਗਈਆਂ ਸਾਰੀਆਂ? ਆਪਣੀ ਜੀ ਇੱਕ ਗੱਡੀ ਉਰੇ ਮਤਲਬ ਪਹਿਲਾਂ ਲਿਆਂਦੀ ਸੀ ਜੀ, ਦੂਸਰੀ ਗੱਡੀ ਨਾਲ ਸਪਲਾਈ ਦਿੱਤੀ ਜੀ, 2 ਗੱਡੀਆਂ ਲੱਗ ਗਈਆਂ ਜੀ। ਬਾਕੀ ਨੁਕਸਾਨ ਹੁਣ ਉਹ ਬਚ ਗਿਆ ਜਿਵੇਂ ਨਾਲ ਦੇ ਦੁਕਾਨ? ਹਾਂਜੀ, ਨਾਲ ਦੀਆਂ ਦੁਕਾਨਾਂ ਦਾ ਜੀ ਨੁਕਸਾਨ ਹੁਣ ਬਚ ਗਿਆ ਜੀ।